ਪ੍ਰਬੰਧਕਾਂ ਦੇ ਸਮੇਂ ਦੀ ਮੈਨੇਜਮੈਂਟ ਨੂੰ ਧਿਆਨ ਰੱਖਦੇ ਹੋਏ ਸਭ ਤੋਂ ਪਹਿਲਾਂ ਬਹੁਜਨ ਸਮਾਜ ਪਾਰਟੀ ਪੰਜਾਬ ਵੱਲੋਂ ਉਹਨਾਂ ਸ਼ਹੀਦ ਸਿੰਘਾਂ ਨੂੰ ਸ਼ਰਧਾਂਜਲੀ ਭੇਟ ਕਰਨਾ ਚਾਹੁੰਦਾ ਜਿਹੜੇ ਮਾਨੁਸ ਕੀ ਜਾਤ ਸਭੇ ਏਕੇ ਪਹਿਚਾਨ ਦੇ ਪ੍ਰਤੀਕ ਸਾਹਿਬ ਕਮਾਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮਾਨ ਤੇ ਨਹੀਂ ਸ਼ਹੀਦ ਹੋਏ ਔਰ ਮੈਂ ਬਹੁਜਨ ਸਮਾਜ ਪਾਰਟੀ ਵੱਲੋਂ ਜਿੱਥੇ ਆਪਾਂ ਇਹ ਚਾਹੁੰਦੇ ਹਾਂ ਕਿ ਗੁਰੂ ਸਾਹਿਬ ਦੀ ਬੇਅਦਬੀ ਲਈ ਜ਼ਿੰਮੇਦਾਰ ਲੋਕ ਉਹਨਾਂ ਦੇ ਵਿਰੁੱਧ ਸਖ਼ਤ ਕਾਰਵਾਈ ਹੋਵੇ ਐਨਐਸਏ ਲੱਗੇ ਉਹਨਾਂ ਨੂੰ ਜੇਲ੍ਹ ਭੇਜਿਆ ਜਾਵੇ ਔਰ ਨਿਹੱਥੇ ਸਿੰਘਾਂ ਤੇ ਗੋਲੀਆਂ ਚਲਾਉਣ ਵਾਲੇ ਵੱਡੇ ਅਧਿਕਾਰੀਆਂ ਦੇ ਵਿਰੁੱਧ ਕਾਨੂੰਨ ਅਨੁਸਾਰ ਕਾਰਵਾਈ ਕਰਕੇ ਉਹਨਾਂ ਨੂੰ ਵੀ ਜੇਲ੍ਹ ਭੇਜਿਆ ਜਾਵੇ। ਸਿਰਫ ਇੱਕ ਮਿੰਟ, ਮੈਂ ਇੱਕ ਬੇਨਤੀ ਕਰਕੇ ਤੁਹਾਤੋਂ ਇਜਾਜ਼ਤ ਲੈਣੀ ਹੈ ਕਿ 2001 ਦੇ ਵਿੱਚ ਭਾਰਤ ਦੀ ਜਨਗਣਨਾ ਹੋਈ, ਸਿੱਖਾਂ ਦੀ ਆਬਾਦੀ 1.9% ਸੀ। 2011 ਚ ਹੋਈ, ਸਿੱਖਾਂ ਦੀ ਆਬਾਦੀ ਘੱਟ ਕੇ 1.7% ਰਹਿ ਗਈ। ਇਹ 10 ਸਾਲ ਦੇ ਵਿੱਚ 20 ਲੱਖ ਦਾ ਵੱਡਾ ਘਾਟਾ ਮੈਂ ਮਹਿਸੂਸ ਕਰਦਾ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਕਾਰਨ ਜਿਹੜਾ ਆਰਐਸਐਸ ਦਾ ਏਜੰਡਾ ਇਸ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣ ਦੀ ਕੋਸ਼ਿਸ਼ ਜੋ ਚੱਲ ਰਹੀ ਹੈ ਉਹ ਪੰਜਾਬ ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦੇ ਰਾਹੀਂ ਲਾਗੂ ਕੀਤੀ ਜਾ ਰਹੀ ਹੈ। ਤੋ ਇਸ ਜਦੋਂ ਆਪਾਂ ਸ਼ਰਧਾਂਜਲੀ ਭੇਟ ਕਰਨ ਦੇ ਲਈ ਔਖੇ ਸਮੇਂ ਇਕੱਠੇ ਹੋਏ ਆ, ਮੇਰੀ ਅਪੀਲ ਹੈ ਸਮੂਹ ਪੰਥਕ ਸੋਚ ਦੇ ਉਹਨਾਂ ਸਿੱਖਾਂ ਨੂੰ ਕਿ ਆਓ ਆਰਐਸਐਸ ਦੀ ਉਸ ਕੋਸ਼ਿਸ਼ ਨੂੰ ਨਾਕਾਮ ਕਰੀਏ ਔਰ ਇਹ ਦੇਸ਼ ਹਿੰਦੂ ਤੁਰਕ ਕੌਰਾਬ ਜੀ ਇਮਾਨ ਸਾਫੀ ਮਨੁੱਖ ਕੀ ਜਾਤ ਸਭੇ ਕੇ ਪਹਿਚਾਨ ਦਾ ਦੇਸ਼ ਹੈ। ਮੈਂ ਫਿਰ ਅੰਤ ਦੇ ਵਿੱਚ ਸ਼ਰਧਾਂਜਲੀ ਭੇਟ ਕਰਦਾ ਹੋਇਆ ਸਾਰੀਆਂ ਸੰਸਥਾ ਦਾ ਪ੍ਰਬੰਧਕਾਂ ਦੇ ਸਮੇਂ ਦੀ ਦਿੱਕਤ ਨੂੰ ਧਿਆਨ ਰੱਖਦੇ ਹੋਏ ਧੰਨਵਾਦ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।